ਚਾਹ ਬਾਤ ਦੇ ਵਿੱਚ ਜਿਹੜਾ ਲਾਠੀ ਚਾਰਜ ਆ ਜਿਹੜੇ ਐਮ ਐਸ ਪੀ ਤੇ ਸੂਰਜਮੁਖੀ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਪ੍ਰੋਟੈਸਟ ਚੱਲਦਾ ਆ ਰਿਹਾ ਸੀਗਾ ਜਿਹਦਾ ਉਹਨਾਂ ਨੂੰ 6 ਤਰੀਕ ਦਾ ਅਲਟੀਮੇਟਮ ਦਿੱਤਾ ਸੀਗਾ ਸਰਕਾਰ ਨੂੰ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਉੱਥੇ ਜਦੋਂ ਰੋਡ ਜਾਮ ਕੀਤਾ ਤਾਂ ਇਹਨਾਂ ਨੇ ਲਾਠੀ ਚਾਰਜ ਕਰਤਾ ਲਾਠੀ ਚਾਰਜ ਦੇ ਵਿੱਚ ਇੱਕ ਬੰਦੇ ਦੀ ਸਾਡੇ ਜਾਨ ਗਈ ਆ ਬੰਦੇ ਦੋ ਸਾਡੇ ਗੰਭੀਰ ਜ਼ਖਮੀ ਆ ਅਤੇ ਸਰਦਾਰ ਕਰਨਾਮ ਸਿੰਘ ਚੜੂਨੀ ਜਿਹੜੇ ਰਾਤ ਦੇ ਤੱਕ ਸਾਨੂੰ ਪਤਾ ਨਹੀਂ ਕਿੱਥੇ ਆ ਉਹਨਾਂ ਦਾ ਕੋਈ ਪੁਲਿਸ ਨੇ ਪਤਾ ਨਹੀਂ ਲੱਗਣ ਦਿੱਤਾ ਅੱਜ ਉਹਦੇ ਰੋਸ ਵਜੋਂ ਅਸੀਂ ਸਾਰੇ ਇੱਥੇ ਜਿਹੜਾ ਧਰਨਾ ਲਾਇਆ ਵਾ ਅਤੇ ਹੁਣ ਅੱਗੇ ਹੀ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜਾ ਟੂਲ ਪਲਾਜ਼ਾ ਫਰੀ ਕਰਾਂਗੇ ਸਰਕਾਰ ਤੇ ਜਦੋਂ ਦਾ ਕਿਸਾਨੀ ਸੰਘਰਸ਼ ਚੱਲਿਆ ਜਦੋਂ ਦੀਆਂ ਇਹ ਮੰਗਾਂ ਨੇ ਸਾਡੀਆਂ ਇਹ ਕੋਈ ਮੰਗ ਅੱਜ ਨਵੀਂ ਨਹੀਂ ਹੈਗੀ ਇਹਨਾਂ ਮੰਗਾਂ ਨੂੰ ਲੈ ਕੇ ਜਦ ਤੇ ਇਹ ਪ੍ਰੋਟੈਸਟ ਚੱਲਦੇ ਆ ਰਹੇ ਆ ਪਰ ਸਰਕਾਰ ਸਿਰਫ ਦੋ ਬੰਦਿਆਂ ਬਾਰੇ ਸੋਚ ਰਹੀ ਆ ਅਡਾਨੀ ਬਾਨੀ ਬਾਰੇ ਬਾਕੀ ਦੇਸ਼ ਦੇ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸਰਕਾਰ ਨੇ ਕੁਛ ਨਹੀਂ ਲੈਣਾ ਉਹਨਾਂ ਨੂੰ ਸਿਰਫ ਦੋ ਬੰਦਿਆਂ ਨੇ ਵੋਟਾਂ ਪਾਉਣੀਆਂ ਨੇ ਉਹਨਾਂ ਬਾਰੇ ਸੋਚ ਰਹੀ ਆ ਅਗਲਾ ਸੰਘਰਸ਼ ਪਏ ਸਾਡਾ ਜਿਵੇਂ ਜਿਵੇਂ ਅੱਜ ਦਾ ਦਿਨ ਲੰਘਣਾ ਸੰਘਰਸ਼ ਵੱਧਦਾ ਹੀ ਜਾਣਾ ਅੱਜ ਅਸੀਂ ਆਹ ਟੂਲ ਪਲਾਜ਼ਾ ਫਰੀ ਕਰਾਂਗੇ ਕੱਲ੍ਹ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਜ਼ਿਲ੍ਹਿਆਂ ਜਿੱਥੇ ਇੱਥੇ ਹੈਗੇ ਟੂਲ ਪਲਾਜ਼ੇ ਸਾਰੇ ਸਰਕਾਰ ਦੇ ਫਰੀ ਕਰ ਦਾਂਗੇ ਸਰਕਾਰ ਨੂੰ ਪਤਾ ਲੱਗੇ ਵੀ ਲੋਕ ਜਾਗ ਪਏ ਨੇ ਇਹ ਸਰਕਾਰ ਦੀ ਪੁੱਠੀ ਗਿਣਤੀ ਆ ਸੈਂਟਰ ਸਰਕਾਰ ਦੀ ਜਿਹੜਾ ਉਹ ਹਰੇਕ ਵਰਗ ਨਾਲ ਕਿਹੜਾ ਵਰਗ ਹੈ ਜਿਹਨੂੰ ਉਹਨਾਂ ਨੇ ਕੁੱਟਿਆ ਨਹੀਂ ਕਿਸਾਨਾਂ ਨੂੰ ਕੁੱਟਿਆ ਮਜ਼ਦੂਰਾਂ ਨੂੰ ਕੁੱਟਿਆ ਖਿਲਾੜੀਆਂ ਨੂੰ ਕੁੱਟਿਆ ਕਿਹੜਾ ਬੰਦਾ ਜਿਹਨੂੰ ਉਹਨਾਂ ਨੇ ਕੁੱਟਿਆ ਨਹੀਂ ਕੁਚਲਿਆ ਨਹੀਂ